ਧੰਨ ਗੁਰੂ ਅਰਜਨ ਦੇਵ ਜੀ ਦੇ ਪਾਸ ਸਿੱਖਾਂ ਨੇ ਬੇਨਤੀ ਕੀਤੀ ਕਿ ਮਹਾਰਾਜ, ਇਸ ਕਲਯੁੱਗ ਦੇ ਵਿੱਚ ਸੂਰਮਾ ਬਹਾਦਰ ਸੂਰਬੀਰ ਬਲੀ ਕੌਣ ਹੈ ਔਰ ਮਨ ਕਿਵੇਂ ਜਿੱਤਿਆ ਜਾ ਸਕਦਾ ਹੈ? ਇਹ ਬੇਨਤੀਆਂ ਕਰਨ ਤੋਂ ਸਤਿਗੁਰੂ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆਪ ਗੁਰਸਿੱਖਾਂ ਦੀ ਸ਼ੰਕਾ ਵੀ ਨਿਵਰਤ ਕੀਤੀ ਆ, ਉਪਦੇਸ਼ ਵੀ ਦਿੱਤਾ ਹੈ ਔਰ ਸਿੱਖਾਂ ਦੇ ਸਵਾਲ ਵੀ ਉੱਤਰ ਰੂਪ ਦੇ ਵਿੱਚ ਇਸ ਸ੍ਰੀ ਮੁਖ ਵਾਕ ਦੁਆਰਾ ਆਪ ਜੀ ਨੇ ਬਖਸ਼ਿਸ਼ ਕੀਤੇ ਹਨ। ਮਨ ਬਿਰਤੀ ਨੂੰ ਇਕਾਗਰ ਕਰਕੇ ਅੱਜ ਜੋ ਚੱਲ ਰਹੇ ਸ੍ਰੀ ਅਖੰਡ ਪਾਠਾਂ ਦੀ ਲੜੀ ਦੀ ਸੰਪੂਰਨਤਾ ਦੇ ਸਮੇਂ ਜੋ ਸ੍ਰੀ ਮੁਖ ਵਾਕ ਆਏ ਹਨ ਉਹਨਾਂ ਦੀ ਕਥਾ ਮਨ ਬਿਰਤੀ ਨੂੰ ਇਕਾਗਰ ਕਰਕੇ ਆਪ ਸੰਗਤਾਂ ਸਰਵਣ ਕਰੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾਂ। ਧਨਾਸਰੀ ਰਾਗਣੀ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਪਰਮ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਜਾ ਕਉ ਹਰ ਰੰਗ ਲਾਗੋ ਇਸ ਯੁਗ ਮਹਾਰਾ। ਕਹਿੰਦੇ ਭਾਈ ਇਸ ਕਲਯੁਗ ਦੇ ਵਿੱਚ ਜਿਹਨਾਂ ਨੂੰ ਪਰਮੇਸ਼ਰ ਦਾ ਰੰਗ ਪ੍ਰੇਮ ਲੱਗ ਗਿਆ, ਜਿਹੜੇ ਪਰਮੇਸ਼ਰ ਨਾਲ ਜੁੜ ਗਏ, ਪਰਮੇਸ਼ਰ ਦੇ ਨਾਲ ਜਿਨ੍ਹਾਂ ਦਾ ਮਨ ਐਨ ਲਿਵਲੀਨ ਹੋ ਗਿਆ ਹੈ। ਸੋ ਕਹੀਅਤ ਹੈ ਸੂਰਾ, ਉਹੀ ਸੂਰਮੇ ਹਨ, ਉਹੀ ਬਹਾਦਰ ਹਨ, ਉਹੀ ਯੋਧੇ ਹਨ। ਪਰਮੇਸ਼ਰ ਦਾ ਰੰਗ ਲੱਗਣਾ ਬੜਾ ਕਠਿਨ ਹੈ। ਲਾਲ ਰੰਗ ਤਿਸਕੋ ਲੱਗਾ ਜਿਸਕੇ ਵਡਭਾਗਾ, ਮਹਿਲਾ ਕਦੇ ਨਾ ਹੋਵੇ ਨਾ ਲਾਗੇ ਦਾਗਾ। ਮੈਨੂੰ ਕਿਸੇ ਨੇ ਇੱਕ ਵਾਰੀ ਸਵਾਲ ਕੀਤਾ ਸੀ, ਕਹਿੰਦੇ ਤੂੰ ਸੰਤਾਂ ਬਾਬਤ ਇਹ ਗੱਲ ਕਹਿੰਦਾ ਬਈ ਜਿਹਨਾਂ ਸਾਸ ਗ੍ਰਾਸਨਾ ਵਿਸਰੈ ਹਰਨਾਮਾ ਮਨਮੰਤ, ਧੰਨ ਸਿਸਈ ਨਾਨਕਾ ਪੂਰਨ ਸੋਈ ਸੰਤ, ਕਿ ਉਹਨਾਂ ਦੇ ਸਵਾਸ ਸਵਾਸ ਨਾਮ ਚੱਲਦਾ ਸੀ, ਉਹਨਾਂ ਦੇ ਰੋਮ ਰੋਮ ਵਿੱਚ ਗੁਰਮੁਖ ਰੋਮ ਰੋਮ ਹਰ ਧਿਆਵੈ, ਉਹਨਾਂ ਦੇ ਰੋਮ ਰੋਮ ਵਿੱਚ ਵਾਹਿਗੁਰੂ ਦਾ ਸਿਮਰਨ ਦਾ ਪ੍ਰਵਾਹ ਚੱਲਦਾ ਸੀ। ਮੇਰੇ ਮੰਨਣ ਵਿੱਚ ਇਹ ਗੱਲ ਨਹੀਂ ਆਉਂਦੀ। ਮੈਂ ਉਹ ਸਿੰਘ ਨੂੰ ਇਹ ਉਦਾਹਰਣ ਦਿੱਤੀ, ਮੈਂ ਆਖਿਆ ਇੱਕ ਵਾਰੀ ਮਹਾਂਪੁਰਖ ਮਾਝੇ ਦੇ ਇਲਾਕੇ ਵਿੱਚ ਹਰਚੋਵਾਲ ਨਗਰ ਵਿੱਚ ਕਥਾ ਦਾ ਪ੍ਰੋਗਰਾਮ ਬਣਿਆ ਹੋਇਆ ਸੀ, ਕਥਾ ਕਰਨ ਗਏ ਹੋਏ ਸਨ ਔਰ ਕਥਾ ਤੋਂ ਬਾਅਦ ਟਹਿਲਣ ਵਾਸਤੇ ਮਹਾਂਪੁਰਖ ਉੱਥੇ ਸੂਆ ਉਸ ਨਗਰ ਵਿੱਚ ਬਾਰ ਬਾਰ ਗਏ। ਮੈਂ ਵੀ ਛੋਟਾ ਹੁੰਦਾ ਮਗਰ ਮਗਰ ਤੁਰਿਆ ਜਾ ਰਿਹਾ ਸੀ। ਮੈਂ ਉਹਨਾਂ ਦੇ ਮੁਖਾਰਬਿੰਦ ਤੋਂ ਬਚਨ ਸੁਣੇ ਹੈ, ਸ਼ਾਇਦ ਇਹ ਬਾਅਦ ਵਿੱਚ ਟੇਪ ਰਿਕਾਰਡ ਦੇ ਵਿੱਚ ਵੀ ਹਨ। ਮਹਾਂਪੁਰਖ ਕਹਿਣ ਲੱਗੇ, ਸਿੰਘੋ ਮੇਰੇ ਮਨ ਦੇ ਵਿੱਚ ਇੱਕ ਚਾਅ ਹੈ ਕਿ ਜ਼ਾਲਮਾਂ ਨੇ ਆਲੇ ਦੁਆਲਿਓਂ ਘੇਰਾ ਪਾ ਕੇ ਮੇਰਾ ਬੰਦ ਬੰਦ ਕੱਟਦੇ ਹੋਣ। ਇਸ ਧਿਆਨ ਨਾਲ ਸੁਣਿਓ। ਕਹਿੰਦੇ ਭਾਈ ਮਨੀ ਸਿੰਘ ਜੀ ਦੇ ਤਾਂ ਮੈਂ ਚਰਨਾਂ ਦੀ ਧੂੜ ਵੀ ਨਹੀਂ, ਕਈ ਹਜ਼ਾਰਾਂ ਜਨਮ ਹੋ ਸਕਦਾ, ਪਰ ਕਹਿੰਦੇ ਜ਼ਾਲਮ ਮੇਰਾ ਸਰੀਰ ਦਾ ਟੁਕੜਾ ਟੁਕੜਾ ਕਰਦੇ ਹੋਣ ਅਤੇ ਮੈਂ ਅਡੋਲ ਬੈਠ ਕੇ ਜਪਜੀ ਸਾਹਿਬ ਦਾ ਪਾਠ ਕਰਦਾ ਹੋਵਾਂ ਅਤੇ ਫਿਰ ਸਾਰੇ ਸਿੰਘ ਮੇਰੇ ਇਰਦ ਗਿਰਦ ਬੈਠ ਕੇ ਇਹ ਨਜ਼ਾਰਾ ਆਪਣੀਆਂ ਅੱਖਾਂ ਨਾਲ ਵੇਖਣ। ਕਹਿੰਦੇ ਮੇਰੀ ਇਹ ਇੱਛਾ। ਸਾਧ ਸੰਗਤ ਜੀ, ਮੈਂ ਇਹ ਤਾਂ ਬੇਨਤੀ ਕੀਤੀ ਹੈ ਕਿ ਉਹਨਾਂ ਦੇ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਵਸਿਆ ਹੁੰਦਾ ਨਾ, ਜਿਨ੍ਹਾਂ ਦੇ ਰੋਮ ਰੋਮ ਵਿੱਚ ਨਾਮ ਵਸਿਆ ਹੁੰਦਾ, ਉਹਨਾਂ ਨੂੰ ਮੌਤ ਦਾ ਭੈ ਨਹੀਂ ਹੁੰਦਾ, ਡਰ ਨਹੀਂ ਹੁੰਦਾ। ਕੋਈ ਡਰ ਹੈ ਸੀ ਉਹਨਾਂ ਦੇ ਨੇੜੇ ਤੇੜੇ ਵੀ ਨਹੀਂ ਸੀ, ਲੱਖਾਂ ਦੀ ਫੌਜ ਦਾ ਘੇਰਾ, ਕੋਈ ਡਰ ਭੈ ਨਹੀਂ।
ਔਰ ਉਹਨਾਂ ਨੇ ਮੌਤ ਨੂੰ ਮਖੌਲ ਕਰਦਿਆਂ ਹੋਇਆਂ ਸਮਝ ਲਓ ਅੱਜ ਦੇ ਦਿਨ ਐਡੀ ਵੱਡੀ ਕੁਰਬਾਨੀ ਦਿੱਤੀ ਔਰ ਐਡਾ ਵੱਡਾ ਨਿਸ਼ਚਾ ਐਡਾ ਵੱਡਾ ਭਰੋਸਾ ਕਿ ਮੇਰਾ ਭਾਵੇਂ ਸਰੀਰ ਦਾ ਕੋਈ ਟੁਕੜਾ ਟੁਕੜਾ ਵੀ ਕਰ ਦੇਵੇ ਤਾਂ ਸਾਧ ਸੰਗਤ ਜੀ ਇਹ ਗੁਰਮੁਖਾਂ ਦੇ ਅੰਦਰ ਜਿਨ੍ਹਾਂ ਦੇ ਸਵਾਸ ਸਵਾਸ ਵਿੱਚ ਰੋਮ ਰੋਮ ਵਿੱਚ ਨਾਮ ਵਸਿਆ ਹੁੰਦਾ ਇਹ ਅਵਸਥਾ ਉਹਨਾਂ ਦੀ ਹੁੰਦੀ ਹੈ ਸੋ ਇਸ ਕਰਕੇ ਉਹ ਅਸਲ ਸੂਰਮੇ ਸਨ ਉਹ ਬਹਾਦਰ ਸਨ ਯੋਧੇ ਸਨ ਉਹਨਾਂ ਦੇ ਰੋਮ ਰੋਮ ਵਿੱਚ ਵਾਹਿਗੁਰੂ ਦਾ ਸਿਮਰਨ ਵਸਿਆ ਹੋਇਆ ਸੀ।